ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਾਂਗੇ ਸੰਜੇਟਾ ਦੇ ਪ੍ਰੋਡਕਟ ਦੀ, ਜਿਹਦਾ ਨਾਂ ਇੰਪੈਕਟ ਐਕਸਟਰਾ। ਆਹ ਉਹਦੀ ਪੈਕਿੰਗ ਆ ਜੀ, 1 ਲੀਟਰ ਵਾਲੀ ਪੈਕਿੰਗ ਆ ਇਹ, ਅਤੇ ਹੋਰ ਵੱਡੀ ਛੋਟੀ ਕੋਈ ਪੈਕਿੰਗ ਆਉਂਦੀ ਹੋਵੇ ਉਹਦੇ ਕੋਈ ਬਾਰੇ ਆਪਾਂ ਨੂੰ ਬਾਹਲੀ ਪਤਾ ਨਹੀਂ ਹੈਗਾ, ਯਾਨੀ ਕਿ 1 ਲੀਟਰ ਵਾਲੀ ਪੈਕਿੰਗ ਆ। ਜੇ 1 ਲੀਟਰ ਦੀ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ, ਇਹ 2700-2800 ਤੋਂ ਲੈ ਕੇ 3000-3100 ਤੱਕ ਮਿਲ ਜਾਂਦਾ ਜੀ 1 ਲੀਟਰ। ਇਹਦੀ ਜੇ ਡੋਜ਼ ਦੀ ਗੱਲ ਕਰੀਏ, 1 ਲੀਟਰ ਹੈਗਾ ਜੀ 5 ਏਕੜਾਂ ਦਾ, ਅਤੇ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਦਾਅਵਾ ਕਰਦੀ ਆ ਕੰਪਨੀ। ਪਿਛਲੇ ਸਾਲ ਫਸਟ ਟਾਈਮ ਲਾਂਚ ਹੋਈ ਤੀ ਇਹ ਦਵਾਈ, ਐਤਕੀ ਇਹਦਾ ਸੈਕਿੰਡ ਸਾਲ ਆ, ਦੂਜਾ ਸਾਲ ਆ। ਪਿਛਲੇ ਸਾਲ ਜਸਟ ਇਹਦੇ ਟ੍ਰਾਇਲ ਲੱਗੇ ਤੀ ਦਵਾਈ ਦੇ, ਜਿੱਥੇ ਟ੍ਰਾਇਲ ਲੱਗੇ ਤੀ ਉੱਥੇ ਇਹਨੇ ਬਹੁਤ ਵਧੀਆ ਰਿਜ਼ਲਟ ਦਿੱਤੇ ਨੇ। 25-26 ਕੁਆਂਟਲ ਏਕੜ ਦਾ ਔਸਤ ਝਾੜ ਆਮ ਨਿਕਲਿਆ, ਜਿਹ 'ਚ ਜਾਣੀ ਕਿ ਨਦੀਨ ਨਦੂਨ ਘੱਟ ਹੁੰਦੇ ਨੇ ਕਣਕ 'ਚ, ਜੇ ਨਦੀਨ ਜ਼ਿਆਦਾ ਹੋਣ ਫਿਰ ਤਾਂ ਦਵਾਈ ਵੀ ਕੀ ਕਰਦੀ ਆ, ਯਾਨੀ ਕਿ ਵਧੀਆ ਝਾੜ ਨਿਕਲਿਆ। ਅਤੇ ਸਭ ਤੋਂ ਇਹਦੀ ਵੱਡੀ ਅਹਿਮੀਅਤ ਗੱਲ ਇਹ ਆ ਵੀ ਜਿਹੜਾ ਇਹ ਪ੍ਰੋਡਕਟ ਆ, ਇਹ ਕਣਕ ਅਤੇ ਮੱਕੀ ਦਾ ਸਪੈਸ਼ਲਿਸਟ ਆ, ਕਣਕ ਵਾਸਤੇ ਬਹੁਤ ਵਧੀਆ ਪ੍ਰੋਡਕਟ ਆ। ਅਤੇ ਇਹ ਡਾਟਾ ਸ਼ੀਟ ਵੀ ਦਿਖਾ ਦਾਂਗੇ, ਆਹ ਦੇਖ ਲਓ ਇੰਪੈਕਟ ਐਕਸਟਰਾ ਅਤੇ ਸੰਜੇਟਾ ਕੰਪਨੀ ਹੈ, ਅਤੇ ਨੀਲੇ ਨਿਸ਼ਾਨ ਦੀ ਦਵਾਈ ਆ ਜਿਹੜੀ ਕਿ ਬਹੁਤ ਵਧੀਆ ਗੱਲ ਹੈ। ਅਤੇ ਨੀਲੇ ਜਾਂ ਹਰੇ ਦੀ ਹੋਣੀ ਚਾਹੀਦੀ ਆ, ਪੀਲੇ ਅਤੇ ਲਾਲ ਤੋਂ ਗਰੇਜ਼ ਕਰੋ, ਉਹ ਬੰਦੇ ਵਾਸਤੇ ਵੀ ਖਤਰਨਾਕ ਆ ਅਤੇ ਆਪਣੀ ਧਰਤੀ ਵਾਸਤੇ ਵੀ ਖਤਰਨਾਕ ਆ। ਜੇ ਆਪਾਂ ਇਹਦੀ ਸਾਲਟ ਦੀ ਗੱਲ ਕਰੀਏ, ਇਹਦੇ ਵਿੱਚ 2 ਸਾਲਟ ਨੇ ਜੀ, ਇੱਕ ਤਾਂ ਇਹਦੇ ਵਿੱਚ ਉਹੀ ਐਮੀਸਟਾਰ ਟੋਪ ਵਾਲਾ ਸਾਲਟ ਆ, ਐਜੋਕਸਟ੍ਰੀਸਟ੍ਰੋਬਿਨ, ਅਤੇ ਇੱਕ ਆ ਹੈਗਾ ਸਾਈਪਰੋਕੋਨਾਜੋਲ। ਅਤੇ ਐਜੋਕਸਟ੍ਰੀਸਟ੍ਰੋਬਿਨ ਸਟ੍ਰੋਬਿਨੀਅਮ ਗਰੁੱਪ ਆ ਅਤੇ ਟ੍ਰਾਈਜੋਲ ਗਰੁੱਪ ਆ, ਦੋਹੇ ਜਾਣੀ ਕਿ ਗਰੁੱਪਾਂ ਦੇ ਬਹੁਤ ਵਧੀਆ ਸਾਲਟ ਨੇ। ਯਾਨੀ ਕਿ ਆਪਾਂ ਸਿੱਧਾ ਸੌਖਾ ਭਾਸ਼ਾ 'ਚ ਇਹ ਦੱਸ ਦਿੰਦੇ ਹਾਂ, ਜਿਹੜਾ ਸਟ੍ਰੋਬਿਨੀਅਮ ਗਰੁੱਪ ਆ ਉੱਪਰਲਾ, ਇਹ ਤਾਂ ਬਿਮਾਰੀ ਨੂੰ ਆਉਣ ਤੋਂ ਰੋਕਦਾ। ਜਿਵੇਂ ਆਪਾਂ ਮੱਝਾਂ ਦੇ ਮੂੰਹ ਖੁਰ ਦੇ ਕਲ ਘੁਟੂ ਦੇ ਟੀਕੇ ਲਵਾਉਣੇ ਹੁੰਦੇ ਆ ਵੀ ਬਿਮਾਰੀ ਨਹੀਂ ਆਊਗੀ, ਇਹ ਆਉਣ ਤੋਂ ਰੋਕਦਾ। ਜਿਹੜਾ ਕੋਨਾਜੋਲ ਸਾਲਟ ਆ, ਇਹ ਸਾਲਟ ਆ ਜਿਹੜਾ ਜਿਹੜੀ ਬਿਮਾਰੀ ਆਈ ਹੁੰਦੀ ਆ, ਮਾੜੀ ਮੋਟੀ ਵੀ ਆਈ ਹੁੰਦੀ ਆ, 10%-20% ਜਿਹੜੀ ਆਪਾਂ ਨੂੰ ਨੰਗੀ ਅੱਖ ਨਾਲ ਨਹੀਂ ਦਿਖਦੀ, ਉਹਦੇ ਨਾਲ ਦਿਖਦੀ ਆ ਲੈਂਜ ਨਾਲ, ਅਤੇ ਉਹ ਬਿਮਾਰੀ ਨੂੰ ਖਤਮ ਕਰ ਦਿੰਦਾ। ਜਾਂ ਦੂਜੀ ਬਿਮਾਰੀ ਵੀ ਆਈ ਹੁੰਦੀ ਆ ਦਿਖਦੀ ਵੀ ਆਪਾਂ ਨੂੰ, ਉਹ ਵੀ ਖਤਮ ਕਰ ਦਿੰਦਾ, ਯਾਨੀ ਕਿ ਟ੍ਰਾਈਜੋਲ ਸਾਲਟ ਹੁੰਦਾ ਜਿਹੜਾ ਖਤਮ ਕਰ ਦਿੰਦਾ ਹੁੰਦਾ। ਦੂਜਾ ਸਾਲਟ ਆ ਜਿਹੜਾ ਇਹ ਬਿਮਾਰੀ ਆਉਣ ਤੋਂ ਰੋਕਦਾ, ਸੌਖੀ ਭਾਸ਼ਾ 'ਚ ਸਿੱਧਾ ਜੱਟ ਮੈਥਡ ਆ ਜਿਹੜਾ। ਅਤੇ ਆਹ ਪੈਕਿੰਗ ਆ ਸਾਰੀ ਉਹ। ਜੇ ਕਹੋ ਡਾਟਾ ਸ਼ੀਟ ਦੀ ਗੱਲ, ਤੁਹਾਨੂੰ ਡਾਟਾ ਸ਼ੀਟ ਵੀ ਪੜ੍ਹਾ ਦਿੰਦੇ ਹਾਂ, ਪਰ ਡਾਟਾ ਸ਼ੀਟ 'ਚ ਕੁਛ ਪੜ੍ਹਨ ਵਾਲਾ ਬਾਹਲਾ ਅਹਿਮ ਹੈ ਨਹੀਂ। ਅਤੇ ਡੋਜ਼ ਤੁਹਾਨੂੰ ਇਹਦੀ ਦੱਸਤੀ ਮੈਂ, ਡੋਜ਼ ਇਹਦੀ 200 ml ਆ ਏਕੜ ਦੀ, ਅਤੇ ਏਕੜ ਦੇ ਵਿੱਚ 200 ਲੀਟਰ ਪਾਣੀ ਲਾਉਣਾ ਵੀ ਜ਼ਰੂਰੀ ਦੱਸਦੇ ਨੇ, ਇਹ ਗੱਲ ਵੀ ਨਾਲ ਪੱਕੀ ਹੈ। ਅਤੇ ਡਾਟਾ ਸ਼ੀਟ ਦੇ ਵਿੱਚ ਵੀਰੇ ਕੋਈ ਪੜ੍ਹਨ ਨੂੰ ਖਾਸ ਹੈ ਨਹੀਂ, ਜੇ ਕੁਛ ਪੜ੍ਹਨਾ ਹੋਇਆ ਜਾਂ ਕਿਸੇ ਮੇਰੇ ਵੀਰ ਦਾ ਕਮੈਂਟ ਹੋਇਆ ਤਾਂ ਦੱਸ ਦਿਓ, ਤੁਹਾਨੂੰ ਦਿਖਾ ਦਾਂਗੇ। ਡਾਟਾ ਸ਼ੀਟ ਦੇ ਵਿੱਚ ਤਾਂ ਇਹੀ ਲਿਖਿਆ ਹੋਇਆ ਵੀ ਇਹ ਕਣਕ ਅਤੇ ਮੱਕੀ ਦੇ ਵਾਸਤੇ ਸਪੈਸ਼ਲਿਸਟ ਸਾਲਟ ਹੈ, ਅਤੇ ਕਣਕ ਵਾਸਤੇ ਜਿਹੜੀ ਇਹਦੀ ਡੋਜ਼ ਆ ਉਹ 200 ml ਏਕੜ ਦੀ ਆ, ਯਾਨੀ ਕਿ 1 ਲੀਟਰ 5 ਏਕੜਾਂ ਦਾ। ਬਸ ਇਹੀ ਕੁਛ ਲਿਖਿਆ ਹੋਇਆ, ਹੋਰ ਕੁਛ ਖਾਸ ਹੈ ਨਹੀਂ। ਜੇ ਕਹੋ ਫਿਰ ਵੀ ਜੇ ਵੀ ਦਿਖਾ ਦਿਉ ਤਾਂ ਦਿਖਾ ਦਿੰਦੇ ਹਾਂ, ਆਹ ਦੇਖ ਲਓ ਆਹ ਉਹ ਆ ਸਾਲਟ ਲਿਖੇ ਹੋਏ ਨੇ, ਐਜੋਕਸਟ੍ਰੀਸਟ੍ਰੋਬਿਨ 18.2%, ਆਹ ਸਾਈਪਰੋਕੋਨਾਜੋਲ 7.3%, SC2 ਸਾਲਟ ਨੇ, ਆਹ ਦਵਾਈ ਦਾ ਨਵਾਂ ਇੰਪੈਕਟ ਐਕਸਟਰਾ, ਆਹ ਜਿਹੜੀਆਂ ਡੋਜ਼ ਲਿਖੀਆਂ ਹੋਈਆਂ ਨੇ, ਆਹ ਬੀਡ ਦੇ ਵਾਸਤੇ ਆ, ਆਹ ਮੈਜੀ ਦੇ ਵਾਸਤੇ ਆ, ਸੇਮ ਡੋਜ਼ ਆ ਬੀਡ ਅਤੇ ਮੈਜੀ ਦੇ ਵਾਸਤੇ। ਅਤੇ ਕਣਕ ਦੇ ਉੱਤੇ 50 ਦਿਨ ਅਸਰ ਰੱਖਦੀ ਆ, ਅਤੇ ਮੱਕੀ ਦੇ ਉੱਤੇ 52 ਦਿਨ ਅਸਰ ਰੱਖਦੀ ਆ। ਬਹੁਤ ਵਧੀਆ ਦਵਾਈ ਆ, ਬਹੁਤ ਵੰਡਰਫੁੱਲ ਰਿਜ਼ਲਟ ਦੱਸਦੇ ਨੇ ਕੰਪਨੀ ਵਾਲੇ, ਅਤੇ ਯੂਟਿਊਬ ਉੱਤੇ ਵੀਡੀਓ ਵੀ ਨੇ ਲਾਸਟ ਈਅਰ ਵਾਲੀਆਂ, ਉਹਦੇ ਵੀ ਬਹੁਤ ਵਧੀਆ ਰਿਜ਼ਲਟ ਦੱਸਦੇ ਨੇ ਮੁੰਡੇ। ਅਤੇ ਬਾਕੀ ਹੁਣ ਆਪਾਂ ਵਰਤ ਕੇ ਦੇਖਾਂਗੇ ਇਸ ਸਾਲ ਵੀ ਕੀ ਰਿਜ਼ਲਟ ਆ ਕੀ ਨਾ,
ਜੇ ਹੋਰ ਕਿਸੇ ਮੇਰੇ ਵੀਰ ਦਾ ਕੋਈ ਵੀ ਸਵਾਲ ਆ ਤਾਂ ਦੱਸ ਦਿਓ। ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਸੰਜੇਟਾ ਦਾ ਇੰਪੈਕਟ ਐਕਸਟਰਾ ਜਸਟ ਕਣਕ ਐਂਡ ਮੱਕੀ, ਯਾਨੀ ਕਿ ਬੀਟ ਐਂਡ ਮੈਜੀ। ਧੰਨਵਾਦ ਜੀ।